ਮੇਰਾ ਨਾਮ ਹੈ ਬਲਵਿੰਦਰ ਇਹ ਜੋ ਰਿਮਾਂਡ ਹੈ 3 ਦਿਨ ਕਾ ਰਿਮਾਂਡ ਦਿਆ ਗਿਆ 10 ਤਰੀਕ ਤੱਕ ਹੀ ਸਿੰਘ ਦੈਟ ਆਈ ਐਮ ਵਿਕਟਿਮ ਆਫ ਵੈਂਡਿਟਾ ਅੰਦਰ ਨੀ ਵੜਨ ਦਿੱਤਾ ਦੱਸੋ ਆਹ ਤਾਂ ਬੇਇਨਸਾਫੀ ਆ ਨਾ ਛੋਟੀ ਜਾਤ ਦੇ ਹੈ ਨਾ ਥਾਂ ਸਾਨੂੰ ਦੱਬਦੇ ਪਏ ਆ ਭਗਵੰਤ ਮਾਨ ਠੀਕ ਆ ਨਾ ਵੀ ਆਹ ਕੁਛ ਕਰ ਨਹੀਂ ਸਕਦੇ ਪਰ ਪਰਮਾਤਮਾ ਤੋਂ ਭਗਵੰਤ ਮਾਨ ਨੂੰ ਡਰਨਾ ਚਾਹੀਦਾ ਆ ਬੇਨਤੀ ਆ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਕੁਛ ਨਹੀਂ ਕਹਿ ਸਕਦੇ ਮਿਨਿਸਟਰ ਰਹਿ ਚੁੱਕਿਆ ਅੱਜ ਸਾਡੇ ਆਹ ਸਾਡੀ ਹਾਲਤ ਨਹੀਂ ਸੁਣਦੀ ਅੱਜ ਦਿਹਾੜੀ ਜੋਤਾ ਕਰਦੇ ਹਾਂ ਪਤਾ ਲੱਗਿਆ ਮੰਤਰੀ ਸਾਹਿਬ ਕਹਿਣ ਲੱਗੇ ਕਹਿੰਦੇ ਤੁਹਾਨੂੰ ਕਹਿੰਦਾ ਛਾਪਾ ਮਾਰਨ ਦੀ ਕੀ ਲੋੜ ਮੈਨੂੰ ਸੁਨੇਹਾ ਦੇ ਦਿੰਦੇ ਮੈਂ ਤਾਂ ਆਪ ਹੀ ਆ ਜਾਂਦਾ ਮੈਂ ਤਾਂ ਆਪ ਭਗਵੰਤ ਮਾਨ ਨੂੰ ਕਹਿ ਕੇ ਆਇਆ ਵੀ ਮੈਨੂੰ ਬੁਲਾਓ ਮੈਂ ਆਉਣ ਨੂੰ ਤਿਆਰ ਹਾਂ ਜਿਹੜਾ ਸੱਚਾ ਬੰਦਾ ਉਹੀ ਕਹਿੰਦਾ ਹੁੰਦਾ ਸਰ ਪਾਣੀ ਨਹੀਂ ਪੀਣ ਦਿੱਤਾ ਅੰਦਰ ਨਹੀਂ ਵੜ ਦਿੱਤਾ ਮੈਂ ਕੁਛ ਨਹੀਂ ਕਰਨਾ ਮੈਂ ਜਸਟ ਉਰੇ ਵਾਰੰਟ ਦੇਖਣ ਆਇਆ ਇਹਨਾਂ ਕੋਲ ਵਾਰੰਟ ਹੈ ਵੀ ਕਿ ਨਹੀਂ ਕਿ ਇਹ ਬਿਨਾਂ ਮਤਲਬ ਤੋਂ ਅੰਦਰ ਵੜ ਕੇ ਤਲਾਸ਼ੀ ਲੈ ਰਹੇ ਨੇ ਕਿਸੇ ਦੇ ਘਰ ਦੀ ਮੁਕੱਦਮਾ ਦਰਜ ਹੋਇਆ ਹੋਇਆ ਜੀ 7 ਨੰਬਰ ਉਹਦੇ ਸੰਬੰਧ 'ਚ ਸਰਚ ਕੀਤੀ ਹੈ ਜੀ ਅਤੇ ਜੋ ਕਾਨੂੰਨ ਮੁਤਾਬਕ ਬਣਦੀ ਸੀ ਉਹ ਚੀਜ਼ ਅਸੀਂ ਕਾਰਵਾਈ ਕੀਤੀ ਅਸੀਂ ਐਜ਼ ਪਰ ਲੋਅ ਹੀ ਕੀਤੀ ਹੈ ਜੀ ਜੋ ਸਾਨੂੰ ਕਾਨੂੰਨ ਕਹਿੰਦਾ ਸੀ ਅਸੀਂ ਉਸ ਮੁਤਾਬਕ ਇਹਨਾਂ ਨੂੰ ਸੈਟਿਸਫਾਈ ਕਰਾ ਕੇ ਸਹਿਮਤੀ ਨਾਲ ਕੀਤੀ